वो बंदा सानू ये गल कह रहा अमर होस्पिटल दे विच भी इह जी आपां एक दिन लेट हो गए भी आपां नूं इहदा खमियाजा भुगतना पैणा। जिहड़ा डाक्टर है इन्हां दा चोर डाक्टर कहूँगा मैं तां, भी जलाद आ उह डाक्टर कहण नूं मेरा मन नहीं कर रहा। उत्थे जांदे जांदे साडे हत्थां पैरां दी पै गई पूरी भी मुंडा साडे हत्थ चों गया। चार दिन साडा मुंडा इन्हां ने तड़फा तड़फा मारिया। कहते रहे डॉक्टर भी ठीक है बिल्कुल तो नौजवान लोड़ नहीं घबरा। बिल्कुल बिल्कुल कहते रहे ने भाजी। जो रात भी इन्होंने लिखाती असी सवेरे 11 बजे असी गए अंदर, साडा जिहड़ा मन ती डमांडोल हो गया मुंडा देख के साडा, क्योंकि वह तो मिट्टी बनाता इन्होंने उत्थे। ये गल कही उन्हें तुम्हें कहा नहीं भी इन्ना टाइम समा थोड़े इलाज के अधीन रहा है, तुम कि गल कर रहे हो? वह मुकर भी गया उत्थे शरेआम। अनीश गोयल जिहड़ा डॉक्टर है वह कहिंदा जी मेरा केस नहीं हैगा ये, असी पट दे बंदे ने सानू समझ नहीं आ रहा भी असी की करिए उत्थे, इन्होंने सानू मारता बर्बाद करता है बंदे ने सानू सहारा हॉस्पिटल वाले ने। सीएमसीटी दे विच डॉक्टर एडा बड़ा धोखा कर रहे ने लोगों के नाल, की कार्रवाई मांग करते हो साहब? इन्हां दी सहायता ते हो रहा सारा कुछ। सहारा हॉस्पिटल के मालिक गल कर रहे हो जी? नहीं, ये सबूत बिद सबूत ये कहते भी असं अदालत के भी जावे कानून का दरवाजा खड़कावे, सू गमराह किया गया जो कुछ भी इन्हों का राइट बनता है करना चाहिए जी, इन्हों पता लगेगा। लत्त भी बनिया हुई ने, बाह भी बनिया हुई ने, मैं लत्त खिलाई ने वोदिया क्यों रखते जी पेशेंट जो वो तो कहो कोई कोई दिमाग के ज़्यादातर जेकर कि दिमाग च फर्क हो किसी कुट्टे मारे फिर तो उन्होंने बन्न डॉक्टर। वो डॉक्टर ने मत्थे ते हाथ मारिया ग्रेसियन वाले ने, कहिंदा भी किहड़े डॉक्टर है जिन्हें यह बन के रखा मरीज अपना, इन्ने परेशान इन्होंने करते असी सानू नींद नहीं आती रात नूं। जदों उत्थे ऑक्सीजन खत्म हुंदा सी साडे बंदे दसण जांदे सी भी ऑक्सीजन खत्म हो गया जी, लाइट भज गई जी, कोई इन्हां दा प्रबंध नहीं उत्थे। जो तड़फदा सी तां उहदे दर्द हुंदा सी, तुसीं ने फिर रौला नहीं पाया भी इहदे दर्द हो रहा क्यों नहीं ठीक हो रहा? पाया भाजी बहुत पाया। ਦੇ ਵਿੱਚ ਰਜਿੰਦਰਾ ਹਸਪੀਟਲ ਵੀ ਹੈਗਾ, ਤੁਹਾਡੇ ਦਿਮਾਗ 'ਚ ਇਹ ਗੱਲ ਨਹੀਂ ਆਈ ਵੀ ਮੈਂ ਸਰਕਾਰੀ ਹਸਪੀਟਲ ਅਸੀਂ ਲੈ ਕੇ ਜਾਈਏ ਤਾਂ ਜਾਂ ਵਿਸ਼ਵਾਸ ਹੈ ਪ੍ਰਾਈਵੇਟ 'ਤੇ ਜ਼ਿਆਦਾ ਸੀ? ਕਾਰਵਾਈ ਕਿਉਂ ਨਹੀਂ ਹੁੰਦੀ? ਕਿਉਂਕਿ ਜੇਕਰ ਤੁਸੀਂ ਵੀ ਐਡੇ ਵੱਡੇ ਸਵਾਲ ਖੜੇ ਕਰਨੇ, ਹੋਰ ਵੀ ਬਹੁਤ ਮਾਮਲੇ ਸਾਹਮਣੇ ਆਉਂਦੇ ਨੇ, ਕਾਰਵਾਈ ਕਿਉਂ ਨਹੀਂ ਹੁੰਦੀ ਪ੍ਰਾਈਵੇਟ ਹਸਪਤਾਲਾਂ 'ਤੇ? ਜਿਹੜਾ ਅਨੀਸ਼ ਗੋਇਲ ਡਾਕਟਰ ਹੈ ਉਹ ਜ਼ਿੰਮੇਵਾਰ ਹੈ ਸਾਡੇ ਸਾਰੇ ਪਰਿਵਾਰ ਦਾ, ਕੁਛ ਵੀ ਹੁੰਦਾ ਕਰੋ। ਹੁਣ ਤੁਸੀਂ ਇਹ ਵੱਡੇ ਇਲਜ਼ਾਮ ਖੜੇ ਕਰ ਰਹੇ ਹੋ, ਲਾ ਰਹੇ ਹੋ ਡਾਕਟਰ ਦੇ, ਤੁਸੀਂ ਇਹ ਫਿਰ ਕਿਸੇ ਜਾਂ ਕਿਸੇ ਮੰਤਰੀ ਨੂੰ, ਸਿਹਤ ਮੰਤਰੀ ਨੂੰ, ਕਿਸੇ ਹੋਰ ਅਧਿਕਾਰੀ ਨੂੰ ਮਿਲ ਸਕਦੇ ਮਾਮਲੇ ਲੈ ਕੇ? ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਇਹਨਾਂ ਦਾ ਜਲੂਸ ਕੱਢੂ ਮੈਂ ਪੂਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ, ਇੱਕ ਤੁਹਾਡੀ ਪਰਿਵਾਰ ਦੇ ਨਾਲ ਗੱਲਬਾਤ ਕਰਾਉਣੀ ਆ, ਜਿਨ੍ਹਾਂ ਦੇ ਵੱਲੋਂ ਪਟਿਆਲਾ ਦੇ ਇੱਕ ਵੱਡੇ ਹਸਪਤਾਲ ਅਤੇ ਵੱਡੇ ਡਾਕਟਰ 'ਤੇ ਸਵਾਲ ਖੜੇ ਕੀਤੇ ਗਏ ਨੇ, ਜਿਨ੍ਹਾਂ ਦਾ ਸਾਲਾ ਉਹਨਾਂ ਦੇ ਹਸਪਤਾਲ ਦੇ ਵਿੱਚ ਭਰਤੀ ਸੀ। ਇਹਨਾਂ ਦਾ ਇਲਜ਼ਾਮ ਹੈ ਕਿ ਉਹ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਉਹਨਾਂ ਨੌਜਵਾਨ ਨੂੰ ਜਿਹੜੇ ਉਹਨਾਂ ਸਾਲੇ ਨੂੰ ਜਾਨ ਤੋਂ ਹੱਥ ਧੋਣੇ ਪੈਣੇ। ਗੱਲਬਾਤ ਕਰਦੇ ਹਾਂ ਆਖਿਰਕਾਰ ਕੀ ਗੱਲ ਹੋਈ। ਗੁਰਲਾਲ ਜੀ, ਕੀ ਗੱਲਬਾਤ ਹੋਈ? ਤੁਸੀਂ ਨੇ ਫੇਸਬੁੱਕ 'ਤੇ ਇੱਕ ਵੀਡੀਓ ਵੀ ਪਾਈ ਸੀ, ਤੁਸੀਂ ਕਈ ਡਾਕਟਰਾਂ ਦੇ ਵੱਡੇ ਇਲਜ਼ਾਮ ਲਾਓ, ਕੀ ਗੱਲਬਾਤ ਹੋਈ? ਇਹ ਜਿਹੜਾ ਮੁੰਡਾ ਸੀ ਭਾਅ ਜੀ ਆਪਣਾ ਅਮਰਿੰਦਰ ਸਿੰਘ ਮਨੀ ਨਾਭੇ ਤੋਂ, ਬੋੜਾ ਗੇਟ ਕਲਾੜ ਮੰਡੀ ਤੋਂ ਮੇਰਾ ਸਾਲਾ ਸੀ, ਇਹ ਸਾਡਾ ਇਕੱਲਾ ਇਕੱਲਾ ਮੁੰਡਾ ਸੀ, ਮਤਲਬ ਕਿ 2 ਸਾਲੇ ਮੇਰੇ ਪਹਿਲਾਂ ਐਕਸਪਾਇਰ ਹੋਏ ਨੇ। ਇਹ 14/7/20 ਨੂੰ ਇਹਦੇ ਸੱਟ ਲੱਗੀ ਸਿਰ 'ਚ, ਅਤੇ ਅਸੀਂ ਨਾਭੇ ਆਪਣਾ ਸਰਕਾਰੀ ਹੋਸਪਿਟਲ 'ਚ ਲੈ ਗਏ, ਉੱਥੋਂ ਚਲੋ ਡਾਕਟਰਾਂ ਨੇ ਕਿਹਾ ਵੀ ਪਟਿਆਲੇ ਲੈ ਜਾਓ, ਸਾਡੇ ਹਿਸਾਬ ਤੋਂ ਬਾਹਰ ਆ। ਅਸੀਂ ਉਰੇ ਸਹਾਰਾ ਜਿਹੜਾ ਹੋਸਪਿਟਲ ਹੈ ਨੀਅਰ ਬੁੱਢਾ ਦਲ ਸਕੂਲ, ਉਹਦਾ ਜਿਹੜਾ ਮਾਲਕ ਹੈ ਮੇਰਾ ਦੋਸਤ ਆ ਉਹ ਪੁਰਾਣਾ, ਮੈਂ ਉਹਨੂੰ ਕਾਲ ਕੀਤੀ ਵੀ ਐਵੇਂ ਐਵੇਂ ਕਰਕੇ, ਕਿਉਂਕਿ ਕਰੋਨਾ ਦੇ ਕਾਲ ਕਰਕੇ ਅਸੀਂ ਸਰਕਾਰੀ 'ਚ ਲੈ ਕੇ ਨਹੀਂ ਗਏ ਵੀ ਕਿਤੇ ਸਾਡਾ ਕੇਸ ਨਾ ਉਲਝ ਜੇ। ਅਤੇ ਜਦੋਂ ਅਸੀਂ ਸਹਾਰਾ ਦੇ ਵਿੱਚ ਲੈ ਕੇ ਗਏ ਰਾਤ ਨੂੰ 11 ਕੁ ਦਾ ਟਾਈਮ ਸੀ ਲਗਭਗ, ਉਹ ਕਹਿੰਦੇ ਵੀ ਕੋਈ ਐਡੀ ਸੱਟ ਨਹੀਂ ਹੈਗੀ ਵੀ ਠੀਕ ਹੈ, ਮੁੰਡਾ ਸਾਡਾ ਬਿਲਕੁਲ ਠੀਕ ਸੀ, ਬਹੁਤ 90% ਠੀਕ ਸੀ, 10% ਉਹਦੇ ਸੱਟ ਸੀ ਸਿਰ 'ਚ। ਅਤੇ ਉਹਨਾਂ ਨੇ ਸਾਨੂੰ ਮਤਲਬ ਕਿ ਸਿਟੀ ਸਕੈਨ ਕਰਾਏ, ਸਾਰਾ ਕੁਛ ਅਸੀਂ ਕਰਾਇਆ ਉਸ ਰਾਤ 15 ਤਰੀਕ ਛੱਡ ਕੇ 16 ਤਰੀਕ ਨੂੰ ਜਿਹੜਾ ਸਿਟੀ ਸਕੈਨ ਕਰਾਇਆ ਉਹਦਾ, ਉਹਦੇ ਵਿੱਚ ਯਾਨੀ ਕਿ ਜਿਹੜਾ ਡਾਕਟਰ ਹੈ ਇਹਨਾਂ ਦਾ ਚੋਰ ਡਾਕਟਰ ਕਹੂੰਗਾ ਮੈਂ ਤਾਂ, ਵੀ ਜਲਾਦ ਆ ਉਹ ਡਾਕਟਰ ਕਹਿਣ ਨੂੰ ਮੇਰਾ ਮਨ ਨਹੀਂ ਕਰ ਰਿਹਾ।
उस बंदे ने सानू यह कहा 16 तरीक नूं भी बंदा सोडा कल नूं बोलन लग जूगा, मैनू सिटी आ मेरे कोले सारे प्रूफ पए ने, कल्ला कल्ला जिहड़ा उह सिटी स्कैन उहदे विच बकायदा सारा शो हो रहा सी वी इहदा ऑपरेट करना बनदा, ऑपरेशन करना बनदा, पर इन्हां ने जलादां ने पैसे दे लालची बंदियां ने इन्हां ने ऑपरेट नहीं किया भी आपां गेम घुमाई रखदे आं 5-7 दिन पैसे झाड़ के उदू बाद देखांगे किहड़ी पोजिशन आउंदी आ। चलो सानू तलासे दे गए, झूठे तलासे ने इन्हां दे सारे। 16 तरीक नूं जिहड़ा मतलब कि 18 तरीक नूं जदों 18 तरीक आ गई सवेर, मैं गया सवेरे 5 बजे चाह लै के, मैनू मुंडे की हालत ठीक नहीं लगी, मैं उन्हूं फोन मारिया जिहड़ा उन्हां दा उत्थे मुंडा रख्या होया सीगा भी भाई मुंडा साडा ठीक नहीं हैगा भी डॉक्टर नूं ऐसे टाइम बुला। जदों इह डॉक्टर आया जिहड़ा अनीस गोयल आ अमर होस्पिटल दा डॉक्टर आ न्यूरो दा, ਇਹਨੇ ਆ ਕੇ 10 ਵਜੇ ਮੈਨੂੰ ਕਹਿੰਦਾ ਵੀ ਗਦਾ ਗਦੇ ਨੂੰ ਚੱਕੋ ਮੁੰਡੇ ਨੂੰ ਵੀ ਇਹਨੂੰ ਵੈਂਟੀਲੇਟਰ ਦੀ ਲੋੜ ਆ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕਿਹੜਾ ਤੁਹਾਨੂੰ ਕਿਹਾ ਵੀ ਵੈਂਟੀਲੇਟਰ 'ਤੇ ਨਾਂ ਰੱਖੋ, ਵੀ ਸਾਡੇ ਕਹਿੰਦੇ ਤਾਂ ਕੋਈ ਇਹੋ ਜਿਹੀ ਮਨਾਹੀ ਤਾਂ ਹੈ ਨਹੀਂ ਸੀ। ਉਹਨੇ ਨਾਲ ਦੀ ਨਾਲ ਚੱਕਿਆ ਜੀ ਮੁੰਡਾ ਅਮਰ ਹੋਸਪਿਟਲ 'ਚ ਲੈ ਗਿਆ, ਉੱਥੇ ਜਾਂਦੇ ਜਾਂਦੇ ਸਾਡੇ ਹੱਥਾਂ ਪੈਰਾਂ ਦੀ ਪੈ ਗਈ ਪੂਰੀ ਵੀ ਮੁੰਡਾ ਸਾਡੇ ਹੱਥ 'ਚੋਂ ਗਿਆ ਕਿਉਂਕਿ ਜ਼ਿਆਦਾ ਵੱਧ ਗਿਆ ਕੰਮ। ਜਦੋਂ ਅਸੀਂ ਅਮਰ ਹੋਸਪਿਟਲ ਦੇ ਵਿੱਚ ਲੈ ਕੇ ਗਏ ਇਹਨਾਂ ਨੇ ਵੈਂਟੀਲੇਟਰ 'ਤੇ ਲਿਜਾ ਕੇ ਪਾਤਾ ਜੀ ਉੱਥੇ। ਸ਼ਾਮ ਨੂੰ ਮੈਂ 18 ਤਰੀਕ ਨੂੰ ਜਦੋਂ ਮੈਂ ਗਿਆ 6 ਵਜੇ, ਉਦੋਂ ਵੀ ਸਾਡਾ ਬੰਦਾ ਕੁਛ ਪਰਸੈਂਟ ਠੀਕ ਸੀ, ਮੈਂ ਉਹਦੇ ਪੈਰ ਹਿਲਾਇਆ, ਲੱਤ ਹਿਲਾਈ, ਹਿਲਾਉਂਦਾ ਸੀ ਉਹ। ਇਹ ਸਾਨੂੰ ਕਹਿੰਦਾ ਡਾਕਟਰ ਕਹਿੰਦਾ ਵੀ ਅੱਜ ਅਸੀਂ ਰਾਤ ਨੂੰ ਇਹਦਾ ਆਪਰੇਸ਼ਨ ਕਰ ਦਾਂਗੇ, ਵੀ ਆਪਣਾ ਮਰੀਜ਼ ਸੰਭਲ ਗਿਆ ਵੀ ਠੀਕ ਹੈ। ਜਦੋਂ ਉਹ ਰਾਤ ਵੀ ਇਹਨਾਂ ਨੇ ਲਿਖਾਤੀ, ਅਸੀਂ ਸਵੇਰੇ 11 ਵਜੇ ਅਸੀਂ ਗਏ ਅੰਦਰ, ਸਾਡਾ ਜਿਹੜਾ ਮਨ ਤੀ ਡਵਾਂਡੋਲ ਹੋ ਗਿਆ ਮੁੰਡਾ ਦੇਖ ਕੇ ਸਾਡਾ, ਕਿਉਂਕਿ ਉਹ ਤਾਂ ਮਿੱਟੀ ਬਣਾਤਾ ਇਹਨਾਂ ਨੇ ਉੱਥੇ ਪਾ ਕੇ। 6 ਦਿਨ ਸਾਡੇ ਇਹਨਾਂ ਨੇ ਗਵਾਤੇ। ਜਦੋਂ ਅਸੀਂ ਗਏ 19 ਤਰੀਕ ਨੂੰ, ਜਿਹੜਾ ਡਾਕਟਰ ਅਨੀਸ ਗੋਇਲ, ਅਸੀਂ ਤਾਂ ਚੋਰ ਏ ਕਹਾਂਗੇ ਵੀ ਉਹ ਜਲਾਦ ਹੈ, ਡਾਕਟਰ ਕਹਿਣ ਨੂੰ ਮੇਰਾ ਮਨ ਨਹੀਂ ਕਰਦਾ ਇਹੋ ਜਿਹੇ ਬੰਦੇ ਨੂੰ, ਪੈਸੇ ਦੇ ਯਾਰ ਨੇ ਇਹ। ਉਹ ਬੰਦਾ ਸਾਨੂੰ ਇਹ ਗੱਲ ਕਹਿ ਰਿਹਾ ਅਮਰ ਹੋਸਪਿਟਲ ਦੇ ਵਿੱਚ ਵੀ ਇਹ ਜੀ ਆਪਾਂ 1 ਦਿਨ ਲੇਟ ਹੋ ਗਏ ਵੀ ਆਪਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪੈਣਾ। ਜਦੋਂ ਇਹ ਗੱਲ ਕਹੀ ਉਹਨੇ, ਤੁਸੀਂ ਕਿਹਾ ਨਹੀਂ ਉਹਨੂੰ ਵੀ ਤੁਸੀਂ ਇੰਨਾ ਟਾਈਮ ਸਮਾਂ ਤੁਹਾਡੇ ਇਲਾਜ ਦੇ ਅਧੀਨ ਰਿਹਾ, ਤੁਸੀਂ ਕਿਵੇਂ ਗੱਲ ਕਰ ਰਹੇ ਹੋ? ਬਿਲਕੁਲ ਕਿਹਾ ਭਾਜੀ, ਪਰ ਉਦੋਂ ਅਸੀਂ ਉਲਝ ਗਏ, ਸਾਨੂੰ ਆਪਦੇ ਹੱਥਾਂ ਪੈਰਾਂ ਦੀ ਪੈ ਗਈ। ਉਹ ਕਹਿੰਦਾ ਜੀ ਆਪਾਂ ਖਮਿਆਜ਼ਾ ਆਪਾਂ ਨੂੰ ਭੁਗਤਣਾ ਪੈਣਾ ਵੀ 1 ਦਿਨ ਲੇਟ ਆ। ਉਹ ਮੁੱਕਰ ਵੀ ਗਿਆ ਉੱਥੇ ਸ਼ਰੇਆਮ, ਅਨੀਸ਼ ਗੋਇਲ ਜਿਹੜਾ ਡਾਕਟਰ ਹੈ ਉਹ ਕਹਿੰਦਾ ਜੀ ਮੇਰਾ ਕੇਸ ਨਹੀਂ ਹੈਗਾ ਇਹ, ਵੀ ਇਹਦਾ ਸਹਾਰਾ ਹੋਸਪਿਟਲ 'ਚ ਕੇਸ ਸੀਗਾ ਵੀ ਮੈਂ ਇਹਨੂੰ ਟ੍ਰੀਟਮੈਂਟ ਹੀ ਨਹੀਂ ਕੀਤਾ ਹੈਗਾ, ਉਹ ਸ਼ਰੇਆਮ ਹੀ ਮੁੱਕਰ ਗਿਆ। ਚਲੋ ਉਦੋਂ ਅਸੀਂ ਆਪਦਾ, ਸਾਨੂੰ ਐਂ ਸੀ ਵੀ ਜੇ ਸਾਡਾ ਬੰਦਾ ਬਾਜੇ, ਅਸੀਂ ਉੱਥੇ 1-2 ਸਪਾਰਸਾਂ ਪਵਾ ਕੇ ਅਸੀਂ ਉੱਥੋਂ ਡਿਸਚਾਰਜ ਕਰਾਇਆ 19 ਤਰੀਕ ਨੂੰ 2 ਵਜੇ ਲਗਭਗ। ਜਿਹੜਾ ਤੁਸੀਂ ਕਹਿੰਦੇ ਹੋ ਡਾਕਟਰ ਅਨੀਸ ਗੋਇਲ ਜਿਹੜਾ ਮੁੱਕਰ ਗਿਆ, ਉਹ ਕਿੱਥੇ ਉਹਨੇ ਸਹਾਰਾ ਹੋਸਪਿਟਲ 'ਚ ਜਾ ਕੇ ਟ੍ਰੀਟਮੈਂਟ ਦਿੱਤਾ ਸੀ, ਇਲਾਜ ਕਰਿਆ ਉੱਥੇ? ਬਿਲਕੁਲ ਕਰਿਆ ਭਾਜੀ, ਉੱਥੇ ਜਾਂਦਾ ਰਿਹਾ, ਉਹਨੇ ਸਿਟੀ ਸਕੈਨ ਕਰਾਏ ਨੇ ਸਾਰੇ, ਮੈਨੂੰ ਮਿਲਿਆ ਉਹ 2 ਵਾਰੀ ਸਹਾਰਾ ਹੋਸਪਿਟਲ 'ਚ, ਕਹਿੰਦਾ ਕੁਛ ਨਹੀਂ ਹੁੰਦਾ, ਮੁੰਡਾ ਆਪਣਾ ਜਮ੍ਹਾਂ ਠੀਕ ਹੈ, ਵੀ ਕੱਲ੍ਹ ਨੂੰ ਇਹ ਬੋਲਣ ਲੱਗ ਜੂਗਾ। ਜਿੱਦਾਂ ਅਸੀਂ 16 ਤਰੀਕ ਨੂੰ ਜਿਹੜਾ ਸਿਟੀ ਸਕੈਨ ਕਰਾਇਆ ਵੀ ਕੱਲ੍ਹ ਨੂੰ ਇਹਨੂੰ ਐਨ ਬੋਲਣ ਲਾ ਦਾਂਗੇ ਆਪਾਂ, ਵੀ ਐਡੀ ਕੋਈ ਗੱਲ ਹੀ ਨਹੀਂ ਹੈਗੀ। ਉਦੋਂ ਬਾਅਦ ਤੁਸੀਂ ਦੇਖੋ ਵੀ ਬੰਦਾ ਮੁੱਕਰ ਰਿਹਾ, ਇੱਕ ਡਾਕਟਰ ਹੋਣ ਦੇ ਨਾਤੇ ਉਹਨੂੰ ਇਹ ਗੱਲ ਕੋਈ ਸ਼ੋਭਾ ਥੋੜ੍ਹੀ ਦਿੰਦੀ, ਐਡਾ ਵੱਡਾ ਡਾਕਟਰ ਹੋ ਕੇ, ਵੈਸੇ ਮੈਂ ਤਾਂ ਡਾਕਟਰ ਕਹਿੰਦਾ ਨਹੀਂ ਉਹਨੂੰ ਜਲਾਦ ਹੈ। ਉਹ ਬੰਦਾ 19 ਤਰੀਕ ਨੂੰ ਸਰੇਆਮ ਹੀ ਮੁੱਕਰ ਰਿਹਾ, ਕਹਿੰਦਾ ਮੇਰਾ ਕੇਸ ਨਹੀਂ ਹੈਗਾ ਇਹ, ਆਪਾਂ 1 ਦਿਨ ਲੇਟ ਹੋ ਗਏ, ਇਹਦਾ ਖਮਿਆਜ਼ਾ ਭੁਗਤਣਾ ਪੈਣਾ। ਤੁਸੀਂ ਭਾਅ ਜੀ ਦੇਖੋ ਵੀ ਜਿਹੜਾ ਬੰਦਾ 14 ਤਰੀਕ ਤੋਂ ਟ੍ਰੀਟਮੈਂਟ ਕਰ ਰਿਹਾ ਸਾਡੇ ਪੇਸ਼ੈਂਟ ਦਾ, ਉਹ ਬੰਦਾ 19 ਤਰੀਕ ਨੂੰ ਮੁੱਕਰ ਰਿਹਾ। ਤੁਸੀਂ ਸੋਚ ਕੇ ਦੇਖੋ ਵੀ ਡਾਕਟਰ ਵਾਲੀਆਂ ਗੱਲਾਂ ਤਾਂ ਹੈ ਨਹੀਂ। ਅਸੀਂ ਉੱਥੋਂ ਆਪਦੇ ਮੁੰਡੇ ਨੂੰ ਡਿਸਚਾਰਜ ਕਰਾ ਕੇ 19 ਤਰੀਕ ਨੂੰ ਅਸੀਂ ਗ੍ਰੇਸੀਅਨ ਹੋਸਪਿਟਲ ਹੈ ਮੋਹਾਲੀ ਚੰਡੀਗੜ੍ਹ ਸਹਾਣਾ ਚੌਂਕ, ਅਸੀਂ ਉੱਥੇ ਲੈ ਗਏ ਉਹਨੂੰ ਮੁੰਡੇ ਨੂੰ। ਜਦੋਂ ਅਸੀਂ ਉੱਥੇ ਲਿਜਾ ਕੇ ਡਾਕਟਰਾਂ ਨੇ ਉਹਦੀ ਕੰਡੀਸ਼ਨ ਦੇਖੀ, ਉਹ ਡਾਕਟਰ ਕਹਿੰਦੇ ਵੀ ਦੇਖੋ ਤੁਹਾਡਾ ਪੇਸ਼ੈਂਟ ਹੈ, ਬਹੁਤ ਹਸਪਤਾਲ ਨੇ ਚੰਡੀਗੜ੍ਹ 'ਚ, ਜਿੱਥੇ ਮਰਜ਼ੀ ਲੈ ਜਾਓ ਵੀ 95% ਇਹ ਡੈੱਡ ਹੈ, 5% ਇਹਦੇ ਚਾਂਸ ਨੇ, ਵੀ ਇਹਦੇ ਸਾਨੂੰ ਡਾਕੂਮੈਂਟ ਦਿਖਾਓ। ਜਦ ਉਹਨਾਂ ਨੂੰ ਆ ਸਿਟੀ ਸਕੈਨ ਦਿਖਾਏ ਆ, ਪ੍ਰੂਫ ਸਾਰੇ ਮੇਰੇ ਕੋਲ ਨੇ, ਮੈਂ ਇਕੱਲਾ ਇਕੱਲਾ ਦਿਖਾਉਣਾ ਕੱਢੀ ਆ ਸੈਟੀ। ਉਹ ਡਾਕਟਰ ਨੇ ਮੱਥੇ 'ਤੇ ਹੱਥ ਮਾਰਿਆ ਗ੍ਰੇਸੀਅਨ ਵਾਲੇ ਨੇ, ਕਹਿੰਦਾ ਵੀ ਕਿਹੜੇ ਡਾਕਟਰ ਹੈ ਜਿਹਨੇ ਇਹ ਬੰਨ ਕੇ ਰੱਖਿਆ ਮਰੀਜ਼ ਆਪਣਾ। ਉਹਨਾਂ ਨੇ ਸਾਨੂੰ ਜਦੋਂ ਕਿਹਾ ਵੀ ਜਿਹਦੀ ਉਰੇ 1 ਉਂਗਲ ਵੀ ਹਿੱਲ ਜੇ ਮੁੰਡੇ ਦੀ, ਵੀ ਅਸੀਂ ਇਹਨੂੰ ਮਰ ਨਹੀਂ ਦਿੰਦੇ, ਵੀ ਕੋਸ਼ਿਸ਼ ਸਾਡੀ 100% ਹੈ, ਪਰ ਤੁਹਾਡਾ ਜਿਹੜਾ ਮਰੀਜ਼ ਹੈ ਡਾਕਟਰਾਂ ਨੂੰ ਜਾ ਕੇ ਢਾ ਲਓ। ਡਾਕਟਰਾਂ ਨੇ ਮਾਰਤਾ ਬੰਨ ਕੇ, ਇਹ ਸਾਡੇ ਕੋਲ ਸਾਰੇ ਪ੍ਰੂਫ ਨੇ ਦੇਖੋ। ਇਹ ਅਸੀਂ 14 ਤਰੀਕ ਨੂੰ ਜਿਹੜਾ ਕਰਾਇਆ, 16 ਤਰੀਕ ਵਾਲਾ ਵੀ ਆ ਪਿਆ, ਇਹ ਸਾਰੇ ਸਬੂਤ ਨੇ ਭਾਅ ਜੀ। ਇਹ ਤੁਸੀਂ ਜਿਹੜੇ ਇਹ ਕਰਵਾਏ ਸੀ ਸਿਟੀ ਸਕੈਨ, ਇਹ ਕਿੱਥੋਂ ਕਰਵਾਏ? ਇਹ ਪਟਿਆਲੇ ਤੋਂ ਜੀ। ਪਟਿਆਲੇ ਤੋਂ ਕਰਵਾਏ? ਹਾਂਜੀ ਹਾਂਜੀ, ਪਟਿਆਲੇ 'ਚੋਂ ਲੀਲਾ ਭਵਨ 'ਚੋਂ ਕਰਾਏ ਨੇ, ਉਹਨਾਂ ਨੇ ਕਹਿ ਕੇ ਕਰਵਾਏ ਨੇ ਸਾਰੇ। ਆਹ ਸਾਰੇ ਪ੍ਰੂਫ ਨੇ, ਬਲਕਿ ਇਹਦੇ ਵਿੱਚ ਸਾਫ਼ ਸਾਫ਼ ਸ਼ੋਅ ਹੋ ਰਿਹਾ ਵੀ ਜਿਹੜਾ 16 ਤਰੀਕ ਵਾਲਾ ਸਿਟੀ ਸਕੈਨ ਹੈ ਉਹ 'ਤੇ ਉਹਦਾ ਆਪਰੇਟ ਕਰਨਾ ਬਣਦਾ ਸੀ, ਪਰ ਇਹਨਾਂ ਨੇ ਜਲਾਦਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਸਾਨੂੰ ਬੇਘਰ ਕਰਤਾ, ਸਾਡਾ ਮੁੰਡਾ ਹੱਥੋਂ ਇਹਨਾਂ ਨੇ ਗਵਾਤਾ। ਪਿਛਲੇ ਸਾਲ ਅਸੀਂ ਵਿਆਹ ਕਰਿਆ,
अपना अप्रैल दे विच हाँ जी। कितनी उम्र सी मुंडे 24 साल की उम्र थी भाजी, 24 साल की उम्र सी। पिछले साल अप्रैल च ब्याह सी, उहदी वाइफ कोले बच्चा होने वाला है 7 महीने का। असी पट दे बंदे ने ਜਦੋਂ ਤੁਸੀਂ ਉੱਥੇ ਤੁਹਾਨੂੰ ਜਵਾਬ ਦਿੱਤਾ ਮੋਹਾਲੀ ਤੁਸੀਂ ਲੈ ਕੇ ਗਏ ਹਸਪਤਾਲ ਦੇ ਵਿੱਚ, ਫਿਰ ਤਾਂ ਹੌਸਲਾ ਟੁੱਟ ਗਿਆ ਹੋਣਾ ਬਿਲਕੁਲ। ਸਾਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕੀ ਕਰੀਏ ਉੱਥੇ। ਇਹਨਾਂ ਨੇ ਸਾਨੂੰ ਮਾਰਤਾ, ਬਰਬਾਦ ਕਰਤਾ ਇਹ ਬੰਦਿਆਂ ਨੇ ਸਾਨੂੰ, ਸਹਾਰਾ ਹੌਸਪੀਟਲ ਵਾਲਿਆਂ ਨੇ। ਡਾਕਟਰ ਜਿਹੜਾ ਨੀਸ ਗੋਇਲ ਆ, ਜਲਾਦ ਬੰਦਾ ਹੈ, ਪੈਸੇ ਦੇ ਯਾਰ ਨੇ ਇਹਨਾਂ ਨੂੰ। ਉੱਥੇ ਕੋਈ ਇਹਨਾਂ ਕੋਲ ਡਿਗਰੀਆਂ ਨਹੀਂ, ਜਿਹੜਾ ਇਹਨਾਂ ਦਾ ICU ਰੱਖਿਆ ਉੱਥੇ ਇਹਨਾਂ ਨੇ, ਕੋਈ ਉੱਥੇ ਸਹੂਲਤ ਨਹੀਂ। ਜਦੋਂ ਉੱਥੇ ਆਕਸੀਜਨ ਖਤਮ ਹੁੰਦਾ ਸੀ, ਸਾਡੇ ਬੰਦੇ ਦੱਸਣ ਜਾਂਦੇ ਸੀ ਵੀ ਆਕਸੀਜਨ ਖਤਮ ਹੋ ਗਿਆ ਜੀ, ਲਾਈਟ ਭੱਜ ਗਈ ਜੀ, ਕੋਈ ਇਹਨਾਂ ਦਾ ਪ੍ਰਬੰਧ ਨਹੀਂ ਉੱਥੇ। ਕਦੇ ਬੁਖਾਰ ਸੜ ਗਿਆ ਸਾਡੇ ਮੁੰਡੇ ਨੂੰ ਆਪਣਾ, 17 ਤਰੀਕ ਦੀ ਰਾਤ ਨੂੰ ਸਾਡੇ ਘਰ ਦੇ ਚਾਰ ਵਾਰ ਥੱਲੋਂ ਬੁਲਾ ਬੁਲਾ ਕੇ ਲੈ ਕੇ, ਇਹਨਾਂ ਨੇ ਐਂ ਨਹੀਂ ਆ ਕੇ ਦੇਖਿਆ ਵੀ ਮੁੰਡੇ ਨੂੰ ਬੁਖਾਰ ਜ਼ਿਆਦਾ ਹੈ। ਉੱਥੇ ਆ ਕੇ ਫਿਰ ਮੈਂ ਇਹਨਾਂ ਦਾ ਪੂਰਾ ਜਲੂਸ ਕੱਢਿਆ ਉਸ ਦਿਨ। ਸਾਨੂੰ ਅਸੀਂ ਚਲੋ ਮਚੋਰ ਮੱਤ ਚ ਲਾ ਲਓ ਜਿਵੇਂ ਮਰਜ਼ੀ, ਸਾਨੂੰ ਨਹੀਂ ਸਮਝ ਲੱਗੀ ਵੀ ਸਾਡੇ ਨਾਲ ਕੀ ਗੇਮਾਂ ਖੇਡ ਰਹੇ ਨੇ ਇਹ। ਇਹਨਾਂ ਨੇ ਸਿਰਫ ਪੈਸੇ ਦੇ ਚੱਕਰ 'ਚ ਵੀ ਆਪਾਂ ਇਹਨੂੰ ਇੰਨੇ ਉਰੇ ਰੱਖਦੇ ਹਾਂ 10-15 ਦਿਨ। ਮੈਨੂੰ ਕਹਿੰਦੇ ਰਹੇ ਨੇ ਵੀ 15-20 ਦਿਨ ਇਹਨੂੰ ਉਰੇ ਰੱਖਣਾ ਪੈਣਾ ਹੈ, ਵੀ ਉਦੋਂ ਬਾਅਦ ਸ਼ਾਇਦ ਇਹਦਾ ਆਪਾਂ ਨੂੰ ਓਪਰੇਸ਼ਨ ਕਰਨਾ ਪਵੇ। ਬਲਕਿ ਉਹਦੀ ਜਿਹੜੀ ਕੰਡੀਸ਼ਨ ਦੀ ਓਪਰੇਸ਼ਨ ਕਰਨ ਦੀ, ਉਹ 16-17 ਤਰੀਕ ਦੀ, 18 ਤਰੀਕ ਤੱਕ ਉਹਦੀ ਕੰਡੀਸ਼ਨ ਹੈਗੀ ਸੀ। ਸਾਡੇ ਕੋਲ ਇਕੱਲਾ ਪ੍ਰੂਫ ਪਿਆ ਜਿਹੜਾ ਕਿ ਬੋਲ ਕੀ ਕਹਿੰਦੇ ਰਹੇ ਡਾਕਟਰ ਵੀ ਠੀਕ ਆ, ਬਿਲਕੁਲ ਤੁਹਾਡਾ ਨੌਜਵਾਨ ਲੋੜ ਨਹੀਂ ਘਬਰਾਉਣ ਦੀ। ਬਿਲਕੁਲ ਕਹਿੰਦੇ ਰਹੇ ਨੇ ਭਾਜੀ, ਧਲਾਸੇ ਦਿੰਦੇ ਰਹੇ ਨੇ ਵੀ ਬੋਲਣ ਲੱਗ ਜੂ ਵੀ ਤੁਹਾਡੇ ਸਾਹਮਣੇ ਆਪਾਂ ਨੇ ਬੰਨ ਰੱਖਿਆ ਇਹਨਾਂ ਨੇ ਮੁੰਡਾ ਸਾਡਾ। ਮੇਰੇ ਕੋਲ ਵੀਡੀਓ ਪਈਆਂ ਨੇ ਸਾਰੀਆਂ ਮੇਰੇ ਫੋਨ 'ਚ, ਸਹਾਰਾ ਹੌਸਪੀਟਲ 'ਚ ਇਹਨਾਂ ਨੇ ਲੱਤਾਂ ਬੰਨੀ ਰੱਖੀਆਂ। ਬੰਨ ਕੇ ਕਿਉਂ ਰੱਖਦੇ ਜੀ ਪੇਸ਼ੈਂਟ ਜਦੋਂ ਉਹਨੂੰ, ਉਹ ਤਾਂ ਕਿਹੜਾ ਕੋਈ ਦਿਮਾਗ ਦੇ ਵਿੱਚ, ਜੇ ਜ਼ਿਆਦਾਤਰ ਜੇਕਰ ਕਿਸੇ ਦਿਮਾਗ 'ਚ ਫਰਕ ਹੋਵੇ ਜਾਂ ਹੋ ਕਿਸੇ ਨੂੰ ਕੁੱਟੇ ਮਾਰੇ ਫਿਰ ਤਾਂ ਉਹਨੂੰ ਬੰਨਣ ਡਾਕਟਰ, ਉਹਨੂੰ ਕੁਛ ਫਰਕ ਨਹੀਂ ਸੀ। ਉੱਠਣ ਦੀ ਕੋਸ਼ਿਸ਼ ਕਰਦਾ ਸੀ ਉਹ, ਕਿਉਂਕਿ ਜਾਨ ਬਹੁਤ ਸੀ ਉਹਦੇ 'ਚ, 6 ਫੁੱਟ ਦਾ ਕੱਦ ਸੀ ਉਹਦਾ, ਇਹਨਾਂ ਦੇ ਬੈੱਡ 'ਤੇ ਆ ਨਹੀਂ ਰਿਹਾ ਸੀ ਉਹ ਪੂਰਾ। ਮਤਲਬ ਕਿ ਉਹ ਉੱਠਦਾ ਸੀ ਜਦੋਂ ਐਂ ਤੋੜ ਦਿੰਦਾ ਸੀ ਉਹ ਜਿਹੜਾ ਇਹਨਾਂ ਨੇ ਬੰਨਿਆ ਹੋਇਆ ਸੀ। ਉਹ ਲੱਤਾਂ ਵੀ ਬੰਨੀਆਂ ਹੋਈਆਂ ਨੇ, ਬਾਹਾਂ ਵੀ ਬੰਨੀਆਂ ਹੋਈਆਂ ਨੇ, ਮੈਂ ਲੱਤਾਂ ਖਲਾਈਆਂ ਨੇ ਉਹਦੀਆਂ। ਕਿੰਨੇ ਦਿਨ ਉਹਨੇ ਬੰਨ ਕੇ ਰੱਖੇ? 4 ਦਿਨ ਬੰਨ ਕੇ ਰੱਖਿਆ ਭਾਜੀ, 4 ਦਿਨ ਸਾਡਾ ਮੁੰਡਾ ਇਹਨਾਂ ਨੇ ਤੜਫਾ ਮਾਰਿਆ। ਤੁਸੀਂ ਨੇ ਜਦੋਂ ਬੰਨ ਕੇ ਰੱਖਿਆ ਡਾਕਟਰ ਨੇ, ਤੁਸੀਂ ਨੇ ਜਦੋਂ ਤੜਫਦਾ ਸੀ ਤਾਂ ਉਹਦੇ ਦਰਦ ਹੁੰਦਾ ਸੀ, ਤੁਸੀਂ ਨੇ ਫਿਰ ਰੌਲਾ ਨਹੀਂ ਪਾਇਆ ਵੀ ਇਹਦੇ ਦਰਦ ਹੋ ਰਿਹਾ ਕਿਉਂ ਨਹੀਂ ਠੀਕ ਹੋ ਰਿਹਾ? ਪਾਇਆ ਭਾਜੀ, ਬਹੁਤ ਪਾਇਆ, ਪਰ ਸਾਨੂੰ ਸਾਲੇ ਆਹ ਦਿਖਾਈ ਗਏ। ਹੁਣ ਸਾਨੂੰ ਸਿਟੀ ਸਕੈਨਾਂ ਬਾਰੇ ਨੌਲੇਜ ਨਹੀਂ ਸੀ, ਸਾਨੂੰ ਕਹੀ ਗਏ ਵੀ ਕੋਈ ਗੱਲ ਨਹੀਂ ਜੀ, ਇਹਦੇ ਸੱਟ ਥੋੜ੍ਹੀ ਜਿਹੀ ਉਹ ਹੈ ਵੀ ਉਹਦੇ ਕਰਕੇ ਇਹ ਉਹ ਕਰ ਰਿਹਾ, ਕਿਉਂਕਿ ਅਸੀਂ ਅਣਜਾਣ 'ਤੇ ਸਾਨੂੰ ਕਦੇ ਇਹ ਜੇ ਕੰਮਾਂ 'ਚ ਅਸੀਂ ਆਏ ਨਹੀਂ ਹੈਗੇ। ਪਹਿਲੀ ਵਾਰ ਰੱਬ ਨੇ ਐਡੀ ਬਿਪਤਾ ਪਾਈ ਸਾਡੇ 'ਤੇ, ਪਰ ਇਹ ਜਲਾਦ ਬੰਦੇ ਨੇ। ਹੁਣ ਸਾਡੇ ਕੋਲ 4-5 ਕੇਸ ਪਟਿਆਲੇ ਤੋਂ ਇਹਨਾਂ ਦੇ ਫੋਨ ਆਏ ਨੇ, ਇੱਕਾ ਹੁਣੇ ਫੋਨ ਆ ਕੇ ਹਟਿਆ ਮੈਨੂੰ ਪਟਿਆਲੇ ਤੋਂ, ਉਹਨਾਂ ਦੀ ਕੁੜੀ ਮਾਰਤੀ ਇਹਨਾਂ ਨੇ 1.5 ਸਾਲ ਪਹਿਲਾਂ। ਸਹਾਰਾ ਹੌਸਪੀਟਲ ਨੇ? ਸਹਾਰਾ ਹੌਸਪੀਟਲ ਨੇ। ਸਾਡੇ ਕੋਲ ਹੋਰ ਵੀ ਕੌਲਾਂ ਆਈਆਂ ਨੇਗੀਆਂ ਵੀ ਅਸੀਂ ਤੁਹਾਡੇ ਨਾਲ ਹਾਂ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਸੁਣਦੇ ਨੇ ਵੀ ਇਹ ਚੋਰਾਂ ਤੋਂ ਬਚੋ, ਠੱਗਾਂ ਤੋਂ। ਜਲਾਦ ਬੰਦੇ ਨੇ, ਸਾਡਾ ਘਰ ਇਹਨਾਂ ਨੇ ਪੱਟਤਾ, ਅਸੀਂ ਬੇਘਰ ਕਰਤੇ। 2 ਸਾਲੇ ਮੇਰੇ ਪਹਿਲਾਂ ਐਕਸਪਾਇਰ ਹੋਏ ਨੇ, ਇਕੱਲਾ ਘਰ ਦਾ ਚਿਰਾਗ ਸੀਗਾ ਸਾਡੇ ਘਰ ਦਾ, ਜਿੰਨੇ ਸਾਰਾ ਪਰਿਵਾਰ ਮੈਂਟਲੀ ਅਪਸੈਟ ਹੈ ਭਾਜੀ। ਅਸੀਂ ਮਹੀਨੇ ਬਾਅਦ ਸਾਡੀ ਬੋਲਣ ਦੀ ਹਿੰਮਤ ਪਈ ਹੈ, ਮਹੀਨਾ ਅਸੀਂ ਮੰਜਾਂ 'ਤੇ ਪੈ ਪੈ ਕੱਢਿਆ, ਇੰਨੇ ਪਰੇਸ਼ਾਨ ਇਹਨਾਂ ਨੇ ਕਰਤੇ ਅਸੀਂ, ਸਾਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ। CMCT ਦੇ ਵਿੱਚ ਡਾਕਟਰ ਐਡਾ ਬੜਾ ਧੋਖਾ ਕਰ ਰਹੇ ਨੇ ਲੋਕਾਂ ਦੇ ਨਾਲ, ਕੀ ਕਾਰਵਾਈ ਮੰਗ ਕਰਦੇ ਹੋ? ਸਾਹਿਬ ਇਹਨਾਂ ਦੀ ਸ਼ਾਇਦ 'ਤੇ ਹੋ ਰਿਹਾ ਸਾਰਾ ਕੁਛ, ਸਾਹਿਬ ਇਹਨਾਂ ਦੀ ਸ਼ਾਇਦ 'ਤੇ ਹੋ ਰਿਹਾ, ਮਹਾਰਾਣੀ ਪ੍ਰਨੀਤ ਕੌਰ ਦੀ ਸ਼ਾਇਦ 'ਤੇ ਆ ਸਾਰਾ ਕੁਛ। ਇਹ ਜਿਹੜਾ ਹੌਸਪੀਟਲ ਹੈ, ਇਹਨਾਂ ਦੇ ਡਾਕੂਮੈਂਟ ਚੈੱਕ ਕਰੇ ਜਾਣ, ਸਾਨੂੰ ਤਾਂ ਐਂ ਲੱਗਦਾ ਪੂਰਾ ਗੈਰ ਕਾਨੂੰਨੀ ਤਰੀਕੇ ਨਾਲ ਹੌਸਪੀਟਲ ਚਲਾ ਰਹੇ ਨੇ ਇਹ। ਕਿਸੇ ਕੋਲ ਡਿਗਰੀ ਨਹੀਂ ਹੈਗੀ, ਜਿੰਨੇ ਇਹਨਾਂ ਨੇ ਬੰਦੇ ICU 'ਚ ਉੱਥੇ ਰੱਖੇ ਨੇ ਸਾਡੀ ਹਾਜ਼ਰੀ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿਸੇ ਕੋਲ ਡਿਗਰੀ ਆ ਉੱਥੇ ਕਾਸੇ ਦੀ, ਡਾਕਟਰੀ ਦੀ ਕੀਤੀ ਹੋਈ। ਸਾਰੇ ਅਣਜਾਣ ਜੇ ਬੰਦੇ ਰੱਖੇ ਨੇ ਉੱਥੇ ਇਹਨਾਂ ਨੇ, ਕੋਈ ਫੈਸਿਲਿਟੀ ਨਹੀਂ ਭਾਜੀ, 0 ਫੈਸਿਲਿਟੀ ਆ। ਉਦੋਂ ਤਾਂ ਜੇ ਅਸੀਂ ਘਰੇ ਰੱਖ ਲੈਂਦੇ ਸਾਡਾ ਮੁੰਡਾ, ਸ਼ਾਇਦ ਅੱਜ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ, ਸਾਡਾ ਮੁੰਡਾ ਬਚ ਜਾਂਦਾ। ਪਰ ਇਹਨਾਂ ਨੇ, ਇਹਨਾਂ ਦੇ ਜਿਹੜਾ ਸਟਾਫ ਆ ਉੱਥੇ ਪੂਰਾ 0 ਆ, 1% ਇਹਨਾਂ ਦਾ ਉਹ ਨਹੀਂ ਹੈਗਾ। ਬੰਦੇ ਮਾਰੂ ਹਸਪਤਾਲ ਹੈ, ਸਹਾਰਾ ਹਸਪਤਾਲ, ਜਿਹੜੇ ਇਹਨਾਂ ਨੇ ਡਾਕਟਰ ਮਤਲਬ ਕਿ ਇਕੱਠੇ ਹੋਏ ਨੇ, ਸਾਰੀ ਅਨਲੀਗਲ ਤਰੀਕੇ ਨਾਲ ਕੰਮ ਕਰ ਰਹੇ ਨੇ ਉੱਥੇ, ਕੋਈ ਇਹਨਾਂ ਕੋਲ, ਮੈਨੂੰ ਨਹੀਂ ਲੱਗਦਾ। ਕਿਵੇਂ ਲੱਗੀ ਤੁਹਾਡੇ ਆਪਣੇ ਜਿਹੜਾ ਸਾਲਾ ਸੀ ਤੁਹਾਡਾ, ਇਹਨਾਂ ਦੀ ਮੌਤ ਹੋਈ ਆ, ਕਿਵੇਂ ਲੱਗੀ ਸਰ? ਉਸ ਰਾਤ ਸਾਨੂੰ ਪਤਾ ਨਹੀਂ ਲੱਗਿਆ, ਸਾਨੂੰ ਲੱਗਿਆ ਵੀ ਮੈਂ ਪਟਿਆਲੇ ਸੀ ਉਸ ਰਾਤ, ਵੀ ਢੱਠੇ ਢੁੱਠੇ 'ਚ ਮੋਟਰਸਾਈਕਲ ਲੱਗਿਆ। ਪਰ ਸਾਨੂੰ ਜਦੋਂ ਅਸੀਂ ਚੰਡੀਗੜ੍ਹ ਗਏ, ਉਹ ਡਾਕਟਰਾਂ ਨੇ ਸਾਨੂੰ ਡਿਕਲੇਅਰ ਕੀਤਾ, ਗ੍ਰੇਸੀਅਨ ਹੌਸਪੀਟਲ ਨੇ, ਵੀ ਮੁੰਡੇ ਦੇ ਸੋਡੇ ਦੇ ਵੀ ਕੋਈ ਰੌੜ ਵਗੈਰਾ ਮਤਲਬ ਕਿ ਸਿਰ 'ਚ ਲੱਗੀ ਹੋਈ ਹੈ, ਅਤੇ ਵੀ ਤੁਸੀਂ, ਡਾਕਟਰ ਨੇ ਤੁਹਾਨੂੰ ਇਹ ਚੀਜ਼ ਦੱਸੀ ਨਹੀਂ ਹੈਗੀ ਵੀ ਇਹਦਾ 3 ਥਾਂ 'ਤੇ ਮਤਲਬ ਕਿ ਸਿਰ 'ਚ ਸੱਟ ਲੱਗੀ ਹੋਈ ਹੈ, ਵੀ ਜੇ ਇਹਦਾ ਗੌਰ ਹੋ ਜਾਂਦੀ ਮੁੰਡਾ ਮਰਦਾ ਨਹੀਂ ਸੀ।
ਉਹ ਚੀਜ਼ ਅਸੀਂ ਭਾਅ ਜੀ ਉਲਝ ਕੇ ਰਹਿ ਗਏ ਅੱਜ ਅਸੀਂ ਆਪਦਾ ਮੁੰਡਾ ਨੌਜਵਾਨ ਮੁੰਡਾ ਜਦੋਂ ਕਿਉਂਕਿ ਪਟਿਆਲੇ ਦੇ ਵਿੱਚ ਰਜਿੰਦਰਾ ਹਸਪੀਟਲ ਵੀ ਹੈਗਾ ਤੁਹਾਡੇ ਦਿਮਾਗ 'ਚ ਇਹ ਗੱਲ ਨਹੀਂ ਆਈ ਵੀ ਮੈਂ ਸਰਕਾਰੀ ਹਸਪੀਟਲ ਅਸੀਂ ਲੈ ਕੇ ਜਾਈਏ ਤਾਂ ਜਾਂ ਵਿਸ਼ਵਾਸ ਹੀ ਪ੍ਰਾਈਵੇਟ 'ਤੇ ਜ਼ਿਆਦਾ ਸੀ ਭਾਅ ਜੀ ਆਈ ਸੀ ਕਰੋਨਾ ਕਰਕੇ ਵੀ ਜਿਵੇਂ ਨਾਭੇ ਤੋਂ ਮੋੜਤਾ ਉੱਥੇ ਇੱਕ ਪੇਸ਼ੈਂਟ ਪਿਆ ਸੀ ਉਹ ਚੰਡੀਗੜ੍ਹ ਤੋਂ ਮੋੜਤਾ ਸੀ ਉਹ ਪੀ ਜੀ ਆਈ 'ਚੋਂ ਅਸੀਂ ਬਸ ਉਹ ਚੀਜ਼ ਕਰਕੇ ਡਰ ਗਏ ਵੀ ਕਰੋਨਾ ਕਰਕੇ ਕਿਤੇ ਸਾਡਾ ਬੰਦੀ ਨਾ ਸਾਡੇ ਹੱਥ 'ਚੋਂ ਲੰਘ ਜੇ ਬਸ ਇਹ ਚੀਜ਼ ਸਾਨੂੰ ਮਰਵਾ ਗਈ ਵਧੀਆ ਰਹਿੰਦੇ ਜੀ ਅਸੀਂ ਉਰੇ ਰਜਿੰਦਰਾ 'ਚ ਹੀ ਲੈ ਜਾਂਦੇ ਉਹ ਸਾਨੂੰ ਪੀ ਜੀ ਆਈ ਭੇਜ ਦਿੰਦੇ ਚਲੋ ਨਾਭੇ ਵਾਲਿਆਂ ਨੇ ਜਵਾਬ ਦੇ ਤਾਂ ਵਧੀਆ ਕਰਿਆ ਪਰ ਇਹਨਾਂ ਨੇ ਸਾਨੂੰ ਜੱਫਾ ਪਾ ਕੇ ਰੱਖਿਆ ਇਹਨਾਂ ਨੇ ਸਾਡਾ ਮੁੰਡਾ ਮਾਰ ਕੇ ਜਮ੍ਹਾਂ ਹੀ ਡੈੱਡ ਕਰਕੇ ਅਸੀਂ ਫਿਰ ਚੰਡੀਗੜ੍ਹ ਲੈ ਕਿੰਨੀ ਫੀਸ ਲੈ ਲਈ ਥੋਤੋਂ ਜਿੰਨੇ ਦਿਨ ਤੁਹਾਡਾ ਦਾਖਲ ਰਿਹਾ ਨੌਜਵਾਨ ਭਾਅ ਜੀ ਮੈਂ ਇਹਨਾਂ ਨੂੰ 20,000 ਰੁਪਇਆ ਦਿੱਤਾ ਦੂਜੇ ਦਿਨ ਸਹਾਰਾ ਵਾਲਿਆਂ ਨੂੰ 42,000 ਰੁਪਏ ਉਰੇ ਅਮਰ ਹੋਸਪਿਟਲ ਵਾਲਿਆਂ ਨੇ ਮਤਲਬ ਕਿ ਲਿਆ ਸਾਡੇ ਤੋਂ ਇੱਕ ਰਾਤ ਦਾ ਜੇਕਰ ਹੁਣ ਤੁਸੀਂ ਇਹ ਵੱਡੇ ਇਲਜ਼ਾਮ ਖੜੇ ਕਰ ਰਹੇ ਹੋ ਲਾ ਰਹੇ ਹੋ ਡਾਕਟਰ ਦੇ ਤੁਸੀਂ ਇਹ ਫਿਰ ਕਿਸੇ ਜਾਂ ਕਿਸੇ ਮੰਤਰੀ ਨੂੰ ਸਿਹਤ ਮੰਤਰੀ ਨੂੰ ਕਿਸੇ ਹੋਰ ਅਧਿਕਾਰੀ ਨੂੰ ਮਿਲ ਸਕਦੇ ਮਾਮਲੇ ਲੈ ਕੇ ਸਾਡਾ ਨੌਜਵਾਨ ਮਾਰ ਮਿਲਾਂਗੇ ਜੀ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਇਹਨਾਂ ਦਾ ਜਲੂਸ ਕੱਢੂ ਮੈਂ ਪੂਰਾ ਜਿੰਨਾ ਚਿਰ ਮੈਂ ਜਿਉਂਦਾ ਮੇਰੇ ਸਾਹ ਚੱਲਦੇ ਨੇ ਮੈਂ ਇਹਨਾਂ ਦਾ ਪੂਰਾ ਜਲੂਸ ਕੱਢੂੰਗਾ ਸਾਡਾ ਮੁੰਡਾ ਸੀ ਗਮਾ ਲਿਆ ਪਰ ਅਸੀਂ ਲੋਕਾਂ ਨੂੰ ਅਵੇਅਰਨੈਸ ਕਰਨਾ ਵੀ ਇਹ ਚੋਰਾਂ ਠੱਗਾਂ ਤੋਂ ਬਚੋ ਇਹੋ ਜਿਹੇ ਹਸਪਤਾਲਾਂ 'ਚ ਨਾ ਜਾਓ ਜਿੱਥੇ ਕਿ ਜਾਨਾਂ ਦੀ ਬਾਜ਼ੀ ਲਾਈ ਜਾਂਦੀ ਹੈ ਸਿਰਫ ਪੈਸੇ ਕਰਕੇ ਪੈਸੇ ਬਣਾਉਣ ਦੇ ਚੱਕਰ 'ਚ ਕਿਉਂਕਿ ਜੇ ਉਸੇ ਦਿਨ ਇਹ ਆਪਰੇਟ ਕਰ ਦਿੰਦੇ ਇਹਨਾਂ ਦੀ ਇੰਨੀ ਠੱਗੀ ਠੋਰੀ ਵੱਜਣੀ ਨਹੀਂ ਸੀ ਇਹਨਾਂ ਨੇ ਸਾਨੂੰ ਤਾਂ ਸਾਡੇ ਦਿਨ ਲਿਖਾਏ ਇਹਨਾਂ ਨੇ ਜਿਹੜੇ 500 ਲਿਖਾਏ ਨੇ ਵੀ ਅਸੀਂ ਪੈਸੇ ਦਾ ਜਿਹੜਾ ਮੀਟਰ ਆ ਉਹ ਇੰਨਾ ਕਨੀ ਬਣਾ ਦਈਏ ਉਸ ਤੋਂ ਬਾਅਦ ਦੇਖਾਂਗੇ ਕੀ ਕੰਡੀਸ਼ਨ ਹੈ ਸੁਣਵਾਈ ਨਹੀਂ ਹੁੰਦੀ ਕਾਨੂੰਨ ਦਾ ਸਹਾਰਾ ਵੀ ਲੈ ਸਕਦੇ ਹੋ ਬਿਲਕੁਲ ਲਵਾਂਗੇ ਕਾਨੂੰਨ ਦਾ ਸਹਾਰਾ ਵੀ ਲਵਾਂਗੇ ਅਸੀਂ ਪਰ ਅਸੀਂ ਇਹਨਾਂ ਦਾ ਦੂਜੇ ਲੋੜ ਵੀ ਜਲੂਸ ਕੱਢਾਂਗੇ ਮੈਂ ਇੱਕ ਵੀਡੀਓ ਵੀ ਵਾਇਰਲ ਕੀਤੀ ਆ ਅਸੀਂ ਉਹ ਤਰੀਕੇ ਨਾਲ ਵੀ ਪੂਰੇ ਲੋਕਾਂ ਨੂੰ ਅਸੀਂ ਅਵੇਅਰਨੈਸ ਕਰਾਂਗੇ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਕਿਉਂਕਿ ਅਸੀਂ ਸਾਡਾ ਜਿਹੜਾ ਮੁੰਡਾ ਹੈ ਬੇਮੌਤਾ ਇਹਨਾਂ ਨੇ ਮਾਰਿਆ ਉਹ 24 ਸਾਲ ਦੀ ਉਮਰ ਲਾ ਲਓ ਭਾਅ ਜੀ ਕਿੰਨੀ ਕੁ ਉਮਰ ਹੁੰਦੀ ਆ ਤੁਸੀਂ ਹੈ ਜੀ ਬਹੁਤ ਘੱਟ ਉਮਰ ਅਸੀਂ ਜਵਾਕਾਂ ਵਾਂਗੂ ਅਸੀਂ ਪਾਲਿਆ ਸਾਡਾ ਲਾੜਲਾ ਮੁੰਡਾ ਸੀ ਉਹਦੇ 'ਚ ਇੰਨੀ ਜਾਨ ਪਰ ਇਹਨਾਂ ਨੇ ਤੜਫਾ ਤੜਫਾ ਕੇ ਮਾਰਿਆ ਅਸੀਂ ਚੀਖ ਚੀਖ ਇਹ ਗੱਲ ਕਹਿ ਰਹੇ ਹਾਂ ਅਸੀਂ ਪ੍ਰਸ਼ਾਸਨ ਦਾ ਸਾਰੇ ਦਾ ਸਹਾਰਾ ਲਵਾਂਗੇ ਅਸੀਂ ਕੇਸ ਵੀ ਠੋਕਾਂਗੇ ਕਿਉਂਕਿ ਸਾਡੇ ਕੋਲ ਆਹ ਦੇਖੋ ਸਾਰੇ ਸਾਡੇ ਅਸੀਂ ਵਿਦ ਪਰੂਫ ਗੱਲ ਕਰ ਰਹੇ ਹਾਂ ਸਾਡੇ ਕੋਲ ਸਾਰੇ ਪਰੂਫ ਨੇ ਡੇਟਾਂ ਵਾਈਜ਼ ਨੇ ਆਹ ਦੇਖ ਲਓ ਭਾਅ ਜੀ ਇਹ 14/7/20 ਦਾ ਹੈ ਜਿਸ ਦਿਨ ਅਸੀਂ ਲੈ ਕੇ ਆਏ ਹਾਂ ਆਪਣੇ ਮੁੰਡੇ ਨੂੰ 14/7/20 ਦਾ ਸੀਟੀ ਸਕੈਨ ਕਰਾਇਆ ਇਹ ਹੈਗਾ ਗਾ 16/7/20 ਦਾ ਇਹ ਵੀ ਇਹਨਾਂ ਨੇ ਕਰਵਾਇਆ ਸੀ ਹਸਪਤਾਲ ਦੇ ਵੀ ਬਿੱਲ ਹੈਗੇ ਨੇ ਜਿਹਨੇ ਹਸਪਤਾਲ ਦੀ ਸਟੈਂਪਾਂ ਵਗੈਰਾ ਲੱਗੀਆਂ ਹਨ ਜੋ ਕਿਹੜੇ ਦੇ ਭਾਅ ਜੀ ਹਾਂਜੀ ਹੈਗੇ ਨੇ ਬਿਲਕੁਲ ਅਮਰ ਦੀਆਂ ਵੀ ਹੈਗੀਆਂ ਨੇ ਇਹਨਾਂ ਦੇ ਸਹਾਰਾ ਦੀਆਂ ਵੀ ਹੈਗੀਆਂ ਨੇ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂਕਿ ਜੇਕਰ ਤੁਸੀਂ ਵੀ ਐਡੇ ਵੱਡੇ ਸਵਾਲ ਖੜੇ ਕਰਨੇ ਹੋਰ ਵੀ ਬਹੁਤ ਮਾਮਲੇ ਸਾਹਮਣੇ ਆਉਂਦੇ ਨੇ ਕਾਰਵਾਈ ਕਿਉਂ ਨਹੀਂ ਹੁੰਦੀ ਪ੍ਰਾਈਵੇਟ ਹਸਪਤਾਲਾਂ 'ਤੇ ਭਾਅ ਜੀ ਕਾਰਵਾਈ ਤਾਂ ਇਹਨਾਂ ਨੂੰ ਮਤਲਬ ਕਿ ਜਿਹੜੀ ਪੋਲਿਟਿਕਸ ਸ਼ਾਇਆ ਇਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਤਾਂ ਕਰਕੇ ਲੋਕ ਉੱਥੇ ਖੱਜਲ ਖੁਆਰ ਹੋ ਕੇ ਵਿਚਾਰੇ ਰੋਕ ਕਰਲਾ ਕੇ ਵਗ ਜਾਂਦੇ ਨੇ ਪਰ ਅਸੀਂ ਉਹਨਾਂ ਲੋਕਾਂ 'ਚੋਂ ਨਹੀਂ ਹੈਗੇ ਅਸੀਂ ਇੱਕ ਆਪਦਾ ਹੀਰੇ ਵਰਗਾ ਪੁੱਤ ਅਸੀਂ ਗਮਾਤਾ ਪਰ ਅਸੀਂ ਇਹਨਾਂ ਨੂੰ ਪੂਰੇ ਨੰਗੇ ਚਿੱਟੇ ਕਰਾਂਗੇ ਜਿੱਥੇ ਤੱਕ ਸਾਡਾ ਜ਼ੋਰ ਲੱਗੂ ਅਸੀਂ ਉੱਥੇ ਤੱਕ ਬਾਹਰ ਲਾਵਾਂਗੇ ਪਰਿਵਾਰ ਦੇ ਵਿੱਚ ਹੋਰ ਪਿੱਛੇ ਕੌਣ ਕੌਣ ਰਹਿ ਗਿਆ ਫਿਰ ਇਸ ਤੋਂ ਇਲਾਵਾ ਪਰਿਵਾਰ ਦੇ ਵਿੱਚ ਕੋਈ ਨਹੀਂ ਭਾਅ ਜੀ ਬੱਚਾ ਹੋਣ ਵਾਲਾ ਬਸ ਉਹਦਾ ਬਾਪ ਆ ਬਸ ਮੇਰੀ ਸੱਸ ਆ ਸਹੁਰਾ ਬਸ ਇਕੱਲੇ ਹੀ ਮੁੰਡਾ ਸੀ ਇਕੱਲੇ ਹੀ ਦੋ ਪਹਿਲਾਂ ਐਕਸਪਾਇਰ ਹੋਏ ਨੇ ਸਾਰੇ ਟੱਬਰ ਦੇ ਮੈਂਬਰ ਪਰੇਸ਼ਾਨ ਨੇ ਮੈਂਟਲੀ ਅਪਸੈਟ ਨੇ ਮੈਂਟਲੀ ਅਗਰ ਸਾਡੇ ਟੱਬਰ ਨੂੰ ਕੁਛ ਵੀ ਹੁੰਦਾ ਜਿੰਨੀਆਂ ਦੋ ਭੈਣਾਂ ਨੇ ਇਹਦੀਆਂ ਅਮਰਿੰਦਰ ਦੀਆਂ ਅਸੀਂ ਹੋ ਗਏ ਅਸੀਂ ਵੀ ਪਰੇਸ਼ਾਨ ਹਾਂ ਮੈਂਟਲੀ ਅਪਸੈਟ ਹਾਂ ਅਸੀਂ ਸਾਡੇ ਟੱਬਰ ਨੂੰ ਕੁਛ ਵੀ ਹੁੰਦਾ ਸਹਾਰਾ ਹੋਸਪਿਟਲ ਜ਼ਿੰਮੇਵਾਰ ਹੈ ਜਿਹੜਾ ਅਨੀਸ ਗੋਇਲ ਡਾਕਟਰ ਹੈ ਉਹ ਜ਼ਿੰਮੇਵਾਰ ਹੈ ਸਾਡੇ ਸਾਰੇ ਪਰਿਵਾਰ ਦਾ ਕੁਛ ਵੀ ਹੁੰਦਾ ਸਾਡੀ ਅੱਜ ਉਹ ਕੰਡੀਸ਼ਨ ਹੋਈ ਪਈ ਹੈ ਕਿ ਸਾਡੇ ਪਰਿਵਾਰ 'ਤੇ ਕੋਈ ਵੀ ਕਹਿਰ ਟੁੱਟ ਸਕਦਾ ਇੰਨੇ ਮੈਂਟਲੀ ਪਰੇਸ਼ਾਨ ਨੇ ਸਾਰੇ ਸਾਨੂੰ ਰਾਤਾਂ ਨੂੰ ਜਾਗ ਜਾਗ ਦੇਖਣਾ ਪੈਂਦਾ ਵੀ ਕਿਹੜਾ ਬੰਦਾ ਸਾਡਾ ਕਿੱਥੇ ਪਿਆ ਇੰਨੇ ਪਰੇਸ਼ਾਨ ਨੇ ਸਾਰੇ ਫੋਨ ਵੀ ਆਇਆ ਕਿਸੇ ਡਾਕਟਰ ਦਾ ਤੁਹਾਨੂੰ ਇਸ ਤੁਸੀਂ ਨੇ ਇੱਕ ਵੀਡੀਓ ਵਾਇਰਲ ਕੀਤੀ ਉਸ ਤੋਂ ਬਾਅਦ ਕੋਈ ਫੋਨ ਵੀ ਆਇਆ ਭਾਅ ਜੀ ਮੈਂ ਅਸੀਂ 3 ਵਾਰ ਸਹਾਰਾ ਹੋਸਪਿਟਲ 'ਚ ਗਏ ਮੈਂ ਗਿਆ ਸਹਾਰਾ ਹੋਸਪਿਟਲ 'ਚ ਵੀ ਮੈਨੂੰ ਡਾਕਟਰ ਨਾਲ ਮਿਲਾ ਦਿਉ ਮੈਂ ਉਹਨੂੰ ਇੱਕ ਵਾਰੀ ਪੁੱਛ ਤਾਂ ਲਵਾਂ ਵੀ ਸਾਡੇ ਨਾਲ ਕਿਹੜੇ ਜਨਮ ਦਾ ਤੈਂ ਬਦਲਾ ਲਿਆ ਸਾਡਾ ਮੁੰਡਾ ਤੂੰ ਮਾਰਤਾ ਸਾਡੇ ਨਾਲ ਇੱਕ ਵਾਰੀ ਤਾਂ ਬੈਠੇ 16 ਤਰੀਕ ਨੂੰ ਮੈਨੂੰ ਨੌਲੇਜ ਨਹੀਂ ਸੀ ਸਿਟੀ ਸਕੈਨ ਬਾਰੇ ਵੀ ਹੁਣ ਉਹਨੂੰ ਮੈਂ ਪੁੱਛੂੰਗਾ ਵੀ ਆਹ ਦੱਸ ਇੱਥੇ ਆਪਰੇਟ ਕਿਉਂ ਨਹੀਂ ਕੀਤਾ ਸਹਾਰਾ ਹੋਸਪਿਟਲ ਵਾਲੇ ਬਹੁਤ ਚੋਰ ਬੰਦੇ ਨੇ ਸਾਨੂੰ ਡਾਕਟਰ ਨਹੀਂ ਮਿਲਾਇਆ ਇੱਕ ਮੈਂ 15 ਦਿਨ ਉੱਥੇ ਜਾਂਦਾ ਰਿਹਾ ਭਾਅ ਜੀ ਪਰ ਉਹਨਾਂ ਨੇ ਕੋਈ ਰਾਹ ਤਾਂ ਨਹੀਂ ਦਿੱਤਾ ਜੀ ਅੱਜ ਮਿਲਾਉਣਾ ਕੱਲ੍ਹ ਮਿਲਾਉਣਾ ਜਦੋਂ ਮੈਂ ਵੀਡੀਓ ਵਾਇਰਲ ਕੀਤੀ ਆ ਪਰਸੋਂ ਫੇਸਬੁੱਕ 'ਤੇ ਮੇਰੇ ਪੇਜ 'ਤੇ ਕੱਲ੍ਹ ਮੈਨੂੰ ਸਹਾਰਾ ਹੋਸਪਿਟਲ ਦਾ ਜਿਹੜਾ ਮਾਲਕ ਹੈ ਉਹਦਾ ਫੋਨ ਆਇਆ ਕਹਿੰਦਾ ਜੀ ਡਾਕਟਰ ਸਾਹਿਬ ਨੇ ਮਿਲਣਾ ਤੁਹਾਨੂੰ
कल 8 बजे मेरे फोन पर गल हुई है, मेरे को विद रिकॉर्डिंग पई है, मेरे को 5 रिकॉर्डिंग पई ने उन्होंने जिस बकायदा गलती मनी उन्होंने वो मेरे फोन च ने। ਤੁਸੀਂ ਪੈਸੇ ਨੀ ਮੰਗੇ, ਮੈਂ ਧੱਕੇ ਨਾਲ ਵੀ ਯਾਰ ਦੇਖ ਗਿਆ ਵੀ ਕੋਈ ਬਾਈ ਕਮੀ ਨਾ ਕਰੀ। ਗੁਰਲਾਲ ਹਸਪਤਾਲ ਤੇਰਾ ਹੈਗਾ, ਮੇਰਾ ਸਾਡੂ ਨਾਂ ਤੇ ਵੀ ਕੋਈ ਟੈਨਸ਼ਨ ਨੀ, ਮੈਨੂੰ ਐਡਾ ਵਿਸ਼ਵਾਸ ਸਭ ਤੋਂ ਵੱਧ ਵਿਸ਼ਵਾਸ ਸੀ। ਬਿਲਕੁਲ ਬਿਲਕੁਲ ਮਾਰ ਗਿਆ ਬਾਈ ਉਹ ਬੰਦੇ ਨਾਲ ਮੈਨੂੰ ਮਿਲਾ ਦੀ, ਮੈਂ ਉਹਦਾ ਬਹੁਤ ਧੰਨਵਾਦ ਕਰੂੰਗਾ। मैं फ्री होके करू, मैं बुला भी जिम्मेवारी। हां जी हां जी गुरलाल जी, हां जी दसो जी। हां जी सुमेश बोल रहा। हां जी हां जी हां जी गुरलाल जी, डॉक्टर साहब मिलना चाहते ने। नहीं हूं की हो गया, मैं उदे का महीना हो गया मेनू, मैं थोड़ा 10 दिन हो गए डॉक्टर करणवीर नु कहा सानू मिला दो। तुसी मेरी गल सुनो, मैं मेंटली अफेक्ट आ, मैं थोनू उदे ना मैं पिटे जा रहा भी मेनू एक बार ता मिला दो। मैं कह के आया कहते रहे डॉक्टर करणवीर हो गया, हूं की हो गया मेनू एक महीने बाद। असि मैं थोनू दस रहा ना जी, जब मेरी गल पूरी ध्यान ना सुनो, 10 दिन पहला कह किताब लिया पढ़ा दिना यार, तू किताब पढ़ लिया। मैं तेरी गल नाल सहमत हां बिलकुल, तेरी गल नाल नहीं। उन्हें क्यों क्या है गल, क्यों कही 14 तरीक तो बहुत देख रहा उन्हें। तू आज मिल रहा है, तुसी मैनू एक गल दा जवाब दो, सानू कह रहे मेरा केस नहीं 14-18 तरीक नू, 14 तरीक तो उन्हें ट्रीटमेंट किया नहीं, तुसी जवाब दो मैनू ये गल दा। तेरे सामने बिठा दूंगा अज, तू जो कहना सामने बैठ के कही। तुसी मैनू एक गल दसो भी उन्हें 14 तरीक का देखा या नहीं देखा। ठीक है बिल्कुल, थोड़ी गल मैं तुम्हें कह रहा, मैं तेरे सामने बिठाऊंगा। 18 तरीक नु बंदा कह रहा जी, 19 तरीक नु खमियाजा भुगतना पऊगा जी, आपां एक दिन लेट हो गए। यार वो भी बहुत डिप्रेशन च है इस टाइम, बहुत परेशान है, मेरी गल समझो। मैं साडा सारा टब्बर, साडा सारा टब्बर बर्बाद करता, किन्ने मरीजा की जिंदगी बचाई होनी उन्होंने। तुसी गल नु समझो गुरलाल जी, देखो सिक्के दे दो पहलू हुंदे ने, सारा कुछ हैगा। अगर हस्पताल दे विच किसे नु नुकसान हो रहा है तो हस्पताल दे विच 2 मरीज ठीक भी होके जा रहे। बन बन के रखा मुंडा, तुसी मेरे कोले कल्ला कल्ला प्रूफ है, वीडियो तक मेरे कोले पईयां ने। मैं थोड़ी गल नाल सहमत हां, बन बन तुसी हिम्मत करदा रहा ओ एड्डा फसा के बाल मुंडा के हाथ बनदे ने जी, तुसी साडी जिंदगी बचा ली। पर उस बंदे ने सानू नहीं डिक्लेअर कीता, 16 तरीक वाले सिटी स्कैन च बकायदा ओहदा प्लेट बनदा सी, ओहने कीता नहीं बंदे ने। मैं कह रहा जी ए बारे तो देखो थोनू ओही कमेंट करनगे भी उन्होंने उस टाइम की लगे, उन्होंने क्यों नहीं किया, तो न्यूरो सर्जन ने ओही दसनगे। सानू पता कुछ बदली जांदा उत्थे, अगले कहंदे फर्मो जाके जड़े ने इन्ने दिन लिखाए उत्थे, तो उंगली भी नहीं हल रही सी, उंगली नहीं हल रही सी। दूजे डॉक्टर किसी ना किसी दे प्रति गलत बोल देंदे ने, 5 दिन बर्बाद करके मुंडा डेड करता, भगा भगा मारदा सी, लत्तां बाहां बन्नियां दी वीडियो आ मेरे कोले, जदों तोड़ तोड़ सिटदा सी बैड नू। ठीक है थोड़ी गल, फिर अज आप मिल सकते हैं उन्होंने। मैं तो बहुत परेशान हाँ, मैं हूं थोनू दस नहीं सकता, मैं तो इना मेंटल हाँ। फिर हूं आप किवें हल करिए, मैंने दस तू समझदार महीने बाद, मैं महीने का रो रहा पिट रहा, मैं थोड़े को भी धन्यवाद। दस डॉक्टर कहते मिला दो, क्यों नहीं मिलाया उन्होंने,
ਕਿਹਨੂੰ ਕਿਹਨੂੰ ਨੀ ਫੋਨ ਕਰੇ ਮੈਂ ਬਿੱਲ ਬਾਰੇ ਵੀ ਮੈਨੂੰ ਮਿਲਾ ਦੋ ਮਿਲਾ ਦੋ ਮਿਲਾ ਦੋ ਮੈਂ ਸਿਰਫ ਇਹੀ ਪੁੱਛਣਾ ਦਸ ਦਿਨ ਦੇ ਕਹਿ ਰਹੇ ਆ ਦਸ ਦਿਨ ਦੇ ਮਿਲਾ ਦੋ ਮੈਂ ਸਿਰਫ ਇਹੀ ਪੁੱਛਣਾ ਦੇ ਖਮਿਆਜਾ ਕਾਹਦਾ ਭੁਗਤਿਆ ਸੀ ਨੇ ਸਾਡੀ ਕਿੱਥੇ ਗਲਤੀ ਰਹਿ ਗਈ ਚੱਲ ਤੂੰ ਜੋ ਪੁੱਛਣਾ ਪੁੱਛ ਤੇ ਬਹਿ ਕੇ ਪੁੱਛ ਲਈ ਅੱਜ ਮੈਨੂੰ ਦੱਸ ਕਿੱਥੇ ਮਿਲਾਵਾਂ ਮੈਂ ਹਜੇ ਪਰੇਸ਼ਾਨ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਕੁਛ ਮੈਂ ਮਿਲਣਾ ਚਾਹੁੰਦੇ ਹੋ ਤੁਸੀਂ ਜਾਂ ਨਹੀਂ ਮਿਲਣਾ ਕੋਈ ਨੀ ਮੈਂ ਦੱਸਦਾ ਤੁਹਾਨੂੰ ਦੱਸਦਾ ਹੁਣੀ ਦੱਸਦਾ ਹਾਂ ਤੁਸੀਂ ਸੋਚ ਲਓ ਸੋਚ ਕੇ ਦੱਸ ਦਿਓ ਮੈਨੂੰ ਠੀਕ ਹੈ ਜੀ ਇਹਨਾਂ ਨੇ ਕੱਲ ਮੈਨੂੰ ਫੋਨ ਆਇਆ ਵੀ ਡਾਕਟਰ ਸਾਹਿਬ ਨੇ ਮਿਲਣਾ ਕੱਲ ਮੈਂ ਕਿਹਾ ਵੀ ਅੱਜ ਡਾਕਟਰ ਸਾਹਿਬ ਨੂੰ ਕਿਵੇਂ ਬੇਲ ਲੱਗ ਗਈ ਕੀ ਗੱਲ ਅੱਜ ਵੀਡੀਓ ਵਾਇਰਲ ਹੋ ਗਈ 40,000 ਬੰਦੇ ਨੇ ਵੀਡੀਓ ਦੇਖ ਲਈ ਪਰਸੋਂ ਤੋਂ ਲੈ ਕੇ ਹੁਣ ਤੱਕ ਤਾਂ ਮੈਨੂੰ ਕੱਲ ਇਹਨਾਂ ਦਾ ਫੋਨ ਆਇਆ ਸਹਾਰਾ ਹਸਪੀਟਲ ਵਾਲਿਆਂ ਦਾ ਵੀ ਡਾਕਟਰ ਸਾਹਿਬ ਨੇ ਤੁਹਾਨੂੰ ਮਿਲਣਾ ਤੁਸੀਂ ਦੇਖੋ ਭਾਅ ਜੀ ਉਦੇ ਨਾ ਮੈਂ ਮਿੰਨਤਾਂ ਕਰ ਰਿਹਾ ਵੀ ਇੱਕ ਵਾਰੀ ਮਿਲਾ ਦਿਓ ਮੈਂ ਤਾਂ ਪੁੱਛਣੀ ਆ ਵੀ ਕਿਹੜਾ ਬਦਲਾ ਲੈ ਲਿਆ ਸਾਡਾ ਮੁੰਡਾ ਮਾਰਤਾ ਮਿਲਾਇਆ ਨਹੀਂ ਜਦੋਂ ਇੱਕ ਵੀਡੀਓ ਵਾਇਰਲ ਕਰਦਾ ਮੈਂ ਇਹਨਾਂ ਦੇ ਖਿਲਾਫ ਇਹ ਨੰਗੇ ਹੁੰਦੇ ਨੇ ਸਾਰੇ ਤਾਂ ਕੱਲ੍ਹ ਮੈਨੂੰ ਕਾਲ ਆਉਂਦੀ ਹੈ ਇਹਨਾਂ ਦੀ ਵੀ ਡਾਕਟਰ ਸਾਹਿਬ ਨੇ ਤੁਹਾਨੂੰ ਮਿਲਣਾ ਹੁਣ ਤੁਸੀਂ ਸੋਚ ਕੇ ਦੇਖੋ ਵੀ ਨਾਲੇ ਚੋਰ ਨਾਲੇ ਚਤਰਾਈਆਂ ਤੇ ਕੀ ਕਹਿੰਦੇ ਵੀ ਸਮਝੌਤਾ ਕਰ ਲਓ ਬਸ ਕਹਿੰਦੇ ਜੀ ਮਿਲਣਾ ਮੈਂ ਕਿਹਾ ਵੀ ਅਸੀਂ ਹਜੇ ਮੈਂਟਲੀ ਪਰੇਸ਼ਾਨ ਹਾਂ ਜਦੋਂ ਮੈਂ ਅਸੀਂ ਤੁਹਾਡੇ ਕੋਲ ਆਉਂਦੇ ਰਹੇ ਹਾਂ ਤੁਸੀਂ ਰਾਹ ਨਹੀਂ ਦਿੱਤਾ ਹੁਣ ਜੋ ਅਸੀਂ ਕਰਾਂਗੇ ਉਹ ਅਸੀਂ ਆਪਣੇ ਹਿਸਾਬ ਨਾਲ ਹੀ ਕਰਾਂਗੇ ਸਾਰਾ ਕੁਛ ਬਾਅਦ ਵਿੱਚ ਵੀ ਤੁਸੀਂ ਜਾਂਦੇ ਰਹੇ ਹੋ ਫਿਰ ਉੱਥੇ ਵੀ ਸਾਡਾ ਦੋ ਜਵਾਬ ਤੁਸੀਂ ਗੱਲ ਦਾ ਬਿਲਕੁਲ ਭਾਅ ਜੀ ਗਿਆ 3 ਵਾਰ ਗਿਆ ਮੈਂ ਫੋਨ ਮੇਰੇ ਕੋਲ ਇਕੱਲੀ ਇਕੱਲੀ ਰਿਕਾਰਡਿੰਗ ਪਈ ਆ ਕਹਿੰਦੇ ਆਪਦਾ ਨਮੇੜ ਲੈ ਤੂੰ ਵੀ ਤੇਰੇ 'ਤੇ ਜ਼ਿੰਮੇਵਾਰੀ ਆ ਗਈ ਸਾਰੀ ਵੀ ਆਪਦਾ ਨਮੇੜ ਕੇ ਵੀ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਉਹ ਜਿਹੜਾ ਮਾਲਕ ਹੈ ਹਸਪਤਾਲ ਦਾ ਉਹਨੇ ਮੈਨੂੰ ਇਹ ਗੱਲ ਕਹੀ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੈ ਕਹਿੰਦਾ ਵੀ ਗਲਤੀ ਵੀ ਡਾਕਟਰ ਦੀ ਗਲਤੀ ਹੈ ਵੀ ਉਹਨੇ ਆਪਾਂ ਨੂੰ ਡਿਕਲੇਅਰ ਨਹੀਂ ਕੀਤਾ ਵੀ ਤੇਰੇ ਨਾਲੋਂ ਵੱਧ ਮੈਂ ਬੋਲੂੰਗਾ ਉਹਦੇ ਮੂਹਰੇ ਮੇਰੇ ਕੋਲ ਉਹ ਰਿਕਾਰਡਿੰਗਾਂ ਪਈਆਂ ਨੇ ਮੇਰੇ ਫੋਨ 'ਚ ਨੇ ਸਾਰੀਆਂ ਜਿਹੜਾ ਇਹਨਾਂ ਦਾ ਇੱਕ ਮੁੰਡਾ ਉੱਥੇ ਹਰਜਿੰਦਰ ਉਹਦੇ ਨਾਲ ਵੀ ਮੇਰੀ ਗੱਲ ਹੋਈ ਉਹਨੇ ਵੀ ਇਹ ਗੱਲ ਕਬੂਲ ਕੀਤੀ ਹੈ ਵੀ ਡਾਕਟਰ ਨੇ ਬਿਲਕੁਲ ਡਿਕਲੇਅਰ ਨਹੀਂ ਕੀਤਾ ਸਾਨੂੰ ਇਹੀ ਕਹਿੰਦਾ ਰਿਹਾ ਵੀ ਠੀਕ ਹੈ ਜੀ ਠੀਕ ਹੈ ਵੀ ਨਹੀਂ ਆਪਾਂ ਕਿਤੇ ਹੋਰ ਸ਼ਿਫਟ ਕਰ ਦਿੰਦੇ ਹੁਣ ਤੁਸੀਂ ਸੋਚ ਕੇ ਦੇਖੋ ਜਿਹੜੇ ਮੇਨ ਨੇ ਉਹ ਇਹ ਗੱਲ ਕਹਿ ਰਹੇ ਨੇ ਬਾਕੀ ਕਸੂਰਵਾਰ ਨੇ ਡਾਕਟਰ ਤਾਂ ਰੱਬ ਦਾ ਰੂਪ ਮੰਨੇ ਜਾਂਦੇ ਨੇ ਪਰ ਅਜਿਹੇ ਡਾਕਟਰਾਂ ਦਾ ਕੀ ਫਿਰ ਸਾਰੇ ਡਾਕਟਰਾਂ ਨੂੰ ਨਹੀਂ ਭਾਅ ਜੀ ਮੈਂ ਮਾੜਾ ਕਹਿੰਦਾ ਦੇਖੋ ਡਾਕਟਰ ਜਿਹੜੇ ਜਿਵੇਂ ਹੁਣ ਗ੍ਰੇਸੀਅਨ ਹੋਸਪਿਟਲ ਵਾਲੇ ਨੇ ਉਹ ਰੱਬ ਦਾ ਰੂਪ ਬੰਦੇ ਨੇ ਸਾਡੇ ਨਾਲ ਉਹਨਾਂ ਨੇ ਕੋਈ ਵਿਚਾਰਿਆਂ ਨੇ ਉਹ ਨਹੀਂ ਕੀਤਾ ਗ੍ਰੇਸੀਅਨ ਹੋਸਪਿਟਲ ਚੰਡੀਗੜ੍ਹ ਸਾਡੇ ਉਹਨਾਂ ਨੇ ਬਕਾਇਆ ਵੀ ਮੋੜਿਆ ਸਾਨੂੰ ਡਿਕਲੇਅਰ ਵੀ ਕਰਤਾ ਦੂਜੇ ਦਿਨ ਵੀ ਤੁਹਾਡਾ ਬੰਦਾ ਜੀ ਜਾ ਚੁੱਕਿਆ ਵੀ ਤੁਸੀਂ ਆਪਦਾ ਜੋ ਕਾਰਵਾਈ ਕਰਨੀ ਆ ਉਹ ਕਰੋ ਨਹੀਂ ਉਹ ਜੇ ਚੋਰ ਲਟੇਰੇ ਇੰਨਾ ਮੰਗੂ ਹੁੰਦੇ ਉਹ 10 ਦਿਨ ਪਾਈ ਵੀ ਰੱਖਣਾ ਸੀ ਉਹਨਾਂ ਨੇ ਉੱਥੇ ਅਸੀਂ ਕਿਹੜਾ ਦੇਖਣਾ ਸੀ ਵੀ ਸਾਹ ਚੱਲ ਰਹੇ ਨੇ ਜਾਂ ਨਹੀਂ ਚੱਲ ਰਹੇ ਨੇ ਕਿਉਂਕਿ ਵੈਂਟੀਲੇਟਰ 'ਤੇ ਸੀ ਉਹ ਡਾਕਟਰ ਵਿਚਾਰਾ ਬਹੁਤ ਪਰੇਸ਼ਾਨ ਹੋਇਆ ਚੰਡੀਗੜ੍ਹ ਵਾਲਾ ਉਹ ਰੱਬ ਡਾਕਟਰ ਨੇ ਭਾਅ ਜੀ ਆਪਾਂ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿ ਸਕਦੇ ਲੋਕਾਂ ਦੀਆਂ ਜ਼ਿੰਦਗੀਆਂ ਬਣਾਉਣ ਵਾਸਤੇ ਹੁੰਦੇ ਨੇ ਡਾਕਟਰ ਨਾ ਕਿ ਕਿਸੇ ਨਾਲ ਖਿਲਵਾੜ ਕਰਨ ਵਾਸਤੇ ਹੁੰਦੇ ਨੇ ਪਰ ਮੈਂ ਤਾਂ ਇਹੀ ਮੰਗ ਕਰਦਾ ਪ੍ਰਸ਼ਾਸਨ ਤੋਂ ਵੀ ਜਿਹੜੇ ਇਹੋ ਜਿਹੇ ਜਲਾਦ ਡਾਕਟਰ ਨੇ ਜਿਵੇਂ ਅਨੀਸ ਗੋਇਲ ਹੋ ਗਿਆ ਜਾਂ ਸਹਾਰਾ ਹੋਸਪਿਟਲ ਵਾਲੇ ਨੇ ਇਹਨਾਂ 'ਤੇ ਜੋ ਬਣਦੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਲੋਕ ਇਹਨਾਂ ਦੇ ਭਰੋਸੇ 'ਚ ਆ ਕੇ ਆਪਦਾ ਧੀ ਪੁੱਤ ਨਾ ਗਵਾ ਲੈਣ ਬਸ ਸਹਾਰਾ ਹੋਸਪਿਟਲ ਦੇ ਮਾਲਕ ਗੱਲ ਕਰ ਰਹੇ ਹੋ ਜੀ ਮੈਂ ਸਹਾਰਾ ਹੋਸਪਿਟਲ ਦਾ ਕੋਆਰਡੀਨੇਟਰ ਬੋਲ ਰਿਹਾ ਇੱਕ ਨਾ ਮੇਰੇ ਲਵੇ ਪਰਿਵਾਰਕ ਮੈਂ ਕੁਲਦੀਪ ਸਿੰਘ ਗੱਲ ਕਰ ਰਿਹਾ ਪੱਤਰਕਾਰ ਗਲੋਬਲ ਪੰਜਾਬ ਟੀਵੀ ਤੋਂ ਅੱਛਾ ਜੀ ਸਾਡੇ ਲਵੇ ਇੱਕ ਪਰਿਵਾਰ ਖੜਾ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਤੁਹਾਡੇ ਹਸਪਤਾਲ 'ਤੇ ਵੀ ਤੁਹਾਡੀ ਲਾਪਰਵਾਹੀ ਦੇ ਕਾਰਨ ਉਹਨਾਂ ਦੇ ਜਿਹੜੇ ਨੌਜਵਾਨ ਦੀ ਜਿਹੜਾ ਮੌਤ ਹੋ ਗਈ ਉਹਨਾਂ ਦਾ ਸਾਲ ਆਏ ਗੁਰਲਾਲ ਸਿੰਘ ਵੀ ਤੁਸੀਂ ਨੇ ਗਮਰਾਹ ਕੀਤਾ ਤੁਹਾਡੇ ਡਾਕਟਰ ਨੇ ਉਹਨਾਂ ਵੱਲੋਂ ਅੱਛਾ ਜੀ ਹਲੋ ਹਲੋ ਹਾਂਜੀ ਹਾਂਜੀ ਤੁਹਾਡੀ ਆਵਾਜ਼ ਮੈਂ ਰਿਕਾਰਡ ਕਰ ਰਿਹਾ ਜੀ ਕੈਮਰੇ ਦੇ ਵਿੱਚ ਔਨਲਾਈਨ ਤੁਸੀਂ ਕੀ ਕਹਿਣਾ ਇਹਦੇ ਬਾਰੇ ਦੇਖੋ ਮੈਂ ਸਰ ਹਸਪੀਟਲ ਕੋਆਰਡੀਨੇਟਰ ਬੋਲ ਰਿਹਾ ਹੈਗਾ ਇਹਦੇ ਵਾਸਤੇ ਜਿਹੜੀ ਵੀ ਗੱਲ ਹੈਗੀ ਹੈ ਜਿਹੜੇ ਰੈਲੀਵੈਂਟ ਫੈਕਲਟੀ ਹੈਗੇ ਨੇ ਤੁਹਾਨੂੰ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਨਹੀਂ ਇਹ ਨਾ ਲਵੇ ਸਬੂਤ ਵਿਦ ਸਬੂਤ ਇਹ ਕਹਿੰਦੇ ਵੀ ਅਸੀਂ ਅਦਾਲਤ ਦੇ ਵਿੱਚ ਵੀ ਜਾਵਾਂਗੇ ਕਾਨੂੰਨ ਦਾ ਦਰਵਾਜ਼ਾ ਖੜਕਾਵਾਂਗੇ ਸਾਨੂੰ ਗਮਰਾਹ ਕੀਤਾ ਗਿਆ ਡਾਕਟਰ ਦੇ ਵੱਲੋਂ ਜਿਹੜੇ ਸਿਟੀ ਸਕੈਨ ਕਰਾਏ ਗਏ ਸਾਡੇ ਆਪਰੇਸ਼ਨ ਨਹੀਂ ਕੀਤਾ ਡਾਕਟਰ ਦਾ ਜੋ ਕੁਝ ਵੀ ਇਹਨਾਂ ਦਾ ਰਾਈਟ ਬੰਦਾ ਇਹਨਾਂ ਨੂੰ ਕਰਨਾ ਚਾਹੀਦਾ ਜੀ ਇਹਨਾਂ ਨੂੰ ਤਾਂ ਹੀ ਪਤਾ ਲੱਗੇਗਾ ਕਿ ਕੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਯਾਰ ਤੁਹਾਡਾ ਕੀ ਕਹਿਣਾ ਇਹਨਾਂ ਇਲਜ਼ਾਮਾਂ ਤੇ ਫਿਰ ਸਰ ਮੈਂ ਤਾਂ ਦੇਖੋ ਹਸਪੀਟਲ ਕੋਆਰਡੀਨੇਟਰ ਹਾਂ ਮੇਰੇ ਕੋਲ ਤਾਂ ਮੈਨੇਜਮੈਂਟ ਦਾ ਕੰਮ ਹੈਗਾ ਮੈਂ ਇਹਦੇ ਬਾਰੇ ਕੋਈ ਟ੍ਰੀਟਮੈਂਟ ਪਾਰਟ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਕੋਈ ਟਿੱਪਣੀ ਨਹੀਂ ਕਰਦਾ ਜੀ ਕੌਣ ਕਰੇਗਾ ਫਿਰ ਇਸ ਬਾਰੇ ਕੋਈ ਕੌਣ ਦੱਸੇਗਾ ਜਵਾਬ ਕੌਣ ਦੇਗਾ ਇਹ ਤੁਹਾਨੂੰ ਜਿਹੜੀਆਂ ਚੀਜ਼ਾਂ ਤੁਹਾਨੂੰ ਇਹ ਦੱਸ ਰਹੇ ਨੇ ਇਹ ਤੁਹਾਨੂੰ ਆਪ ਹੀ ਦੱਸਣਗੇ ਜੀ ਜੀ ਸਰ ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ ਇਹ ਸਨ ਹਸਪਤਾਲ ਦੇ ਕੋਆਰਡੀਨੇਟਰ ਜੋ ਆਪਦੇ ਆਪ ਨੂੰ ਕਹਿ ਰਹੇ ਨੇ ਖੁਦ ਇਹਨਾਂ ਤੋਂ ਪੁੱਛਿਆ ਵੀ ਤੁਹਾਡੇ 'ਤੇ ਇੱਕ ਪਰਿਵਾਰ ਇਲਜ਼ਾਮ ਲਾ ਰਿਹਾ ਗੁਰਲਾਲ ਸਿੰਘ ਜਿਨ੍ਹਾਂ ਦਾ ਨੌਜਵਾਨ ਸੀ ਇਹਨਾਂ ਦੇ ਸਾਲਾ ਸੀ ਤੁਹਾਡੀ ਲਾਪਰਵਾਹੀ ਦੇ ਕਾਰਨ ਜਿਹੜਾ ਉਹਨਾਂ ਦੀ ਮੌਤ ਹੋ ਗਈ ਹੈ ਪਰ ਉਹਨਾਂ ਦਾ ਕਹਿਣਾ ਵੀ ਇਹ ਇਹਨਾਂ ਦਾ ਹੱਕ ਬਣਦਾ ਜੋ ਕੁਛ ਕਹਿੰਦੇ ਨੇ ਇਹਨਾਂ ਨੂੰ ਕਰਨ ਦਿਓ ਕਾਨੂੰਨੀ ਕਾਰਵਾਈ ਵੀ ਕਰਨ ਉਹਨਾਂ ਨੇ ਸਾਫ਼ ਕਹਿ ਦਿੱਤਾ ਵੀ ਇਹਨਾਂ ਦੇ ਜਵਾਬ ਉਹ ਨਹੀਂ ਦੇ ਸਕਦੇ ਹੈਗੇ
तो जिहड़ा नौजवान की जिहड़े की मौत हुई आ परिवार का इकलौता पुत सी, पहला भी उन्होंने जिहड़े नौजवानों की मौत हो चुकी है, कल्ला ही सी। हुण नौजवान की उम्र 23 साल थी तकरीबन 23-24 साल, साल डेढ़ साल पहला उन्होंने ब्याह होया, पत्नी बच्चा होने वाला पत्नी दे, ते अजिहे समय दे विच परिवार ते एक दुखां दा पहाड़ टुटिया। पर इन्हां दा कहना है कि जिहड़ा सहारा होस्पिटल दे जिहड़े डाक्टर नूं इन्हां ने चोर ठग तक दस्या, इन्होंने यह भी कहा भी आने वाले दिनों के अधिकारियों नूं मिलणगे, सिहत विभाग के अधिकारियों नूं, ते कानून का पक्ष भी लैणगे अते हस्पताल के खिलाफ कार्रवाई कराउणगे। कैमरामैन गुरप्रीत दे नाल कुलदीप सिंह पौड़े, ग्लोबल पंजाब टीवी पटियाला। हुण तुसीं देख सकदे हो ग्लोबल पंजाब टीवी नूं, डाउनलोड करो साडी ऐप एंड्रॉयड जां iOS ते फ्री विच, रोकू अते Amazon Fire TV ते जां Apple TV ते, नाल ही देख सकदे हो लाइव स्ट्रीमिंग www.globalpunjabtv.com ते।